ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਸ਼ਾਹਿਦ ਸ਼ਬੀਰ ਔਫੀਸ਼ਲ। ਮੈਂ ਕਹਾਂਗਾ ਕਿ ਅਸੀਂ ਦੋ ਦਿਨ ਤੋਂ ਅਸੀਂ ਨਨਕਾਣਾ ਸਾਹਿਬ ਦੇ ਅੰਦਰ ਜਿਹੜੇ ਕਹਿ ਲਓ ਕਿ ਸਿੱਖ ਧਰਮ ਦੇ ਪਵਿੱਤਰ ਅਸਥਾਨ ਨੇ, ਉਹਨਾਂ ਦੇ ਦਰਸ਼ਨ ਤੁਹਾਨੂੰ ਕਰਵਾ ਰਹੇ ਹਾਂ। ਅਸੀਂ ਪਹੁੰਚੇ ਹਾਂ ਇਸ ਵੇਲੇ ਗੁਰਦੁਆਰਾ ਸ੍ਰੀ ਪੰਜਵੀਂ ਛੇਵੀਂ ਪਾਤਸ਼ਾਹੀ ਜੀ, ਬਿਲਕੁਲ ਜੀ, ਗੁਰਦੁਆਰਾ ਸ੍ਰੀ ਛੇਵੀਂ ਪੰਜਵੀਂ ਛੇਵੀਂ ਪਾਤਸ਼ਾਹੀ, ਜਿਸ ਤਰ੍ਹਾਂ ਕਿ ਬਾਬਾ ਗੁਰੂ ਨਾਨਕ ਸਾਹਿਬ ਦੀ ਜਨਮ ਪਲੇਸ ਹੈ ਜਾਂ ਬਰਥ ਪਲੇਸ ਹੈ, ਉਸੇ ਜਗ੍ਹਾ ਦੇ ਉੱਤੇ ਪੰਜਵੇਂ ਪਾਤਸ਼ਾਹ ਔਰ ਛੇਵੇਂ ਪਾਤਸ਼ਾਹ ਵੀ ਜਿਹੜੇ ਆ ਉਹ ਆ ਕੇ ਬੈਠੇ, ਉਹਨਾਂ ਦੀ ਯਾਦ ਦੇ ਵਿੱਚ ਹੀ ਇੱਥੇ ਜਿਹੜੇ ਗੁਰਦੁਆਰੇ ਨੇ ਉਹ ਸਥਾਪਿਤ ਕੀਤੇ ਗਏ ਨੇ। ਸਾਡੇ ਨਾਲ ਆਏ ਹੋਏ ਆਸਟ੍ਰੇਲੀਆ ਤੋਂ, ਮੈਲਬਨ ਤੋਂ ਸਾਡੇ ਵੀਰ ਨਾਲ ਨਿਸ਼ਾਨ ਸਿੰਘ ਵੀ ਨੇ, ਔਰ ਕੋਸ਼ਿਸ਼ ਹੈ ਕਿ ਤੁਹਾਨੂੰ ਉਹ ਜਗ੍ਹਾ ਜਿਹੜੀਆਂ ਅਸੀਂ ਦੇਖ ਰਹੇ ਹਾਂ ਜਾਂ ਉਹਨਾਂ ਨੂੰ ਅਸੀਂ ਵਿਜ਼ਿਟ ਕਰਵਾਉਣ ਵਾਸਤੇ ਲੈ ਕੇ ਆਉਂਦੇ ਹਾਂ, ਅਤੇ ਨਾਲ ਨਾਲ ਜਗਤ ਸੰਗਤ ਨੂੰ ਵੀ ਦਿਖਾਉਣੇ ਚੱਲਦੇ ਹਾਂ ਕਿ ਵੀ ਪਾਕਿਸਤਾਨ ਦੇ ਅੰਦਰ ਜਿਹੜਾ ਸਿੱਖ ਮੁਸਲਿਮ ਭਾਈਚਾਰਾ ਹੈ, ਦੇਖੋ ਗਲੀਆਂ ਦੇ ਵਿੱਚ, ਬਾਜ਼ਾਰਾਂ ਦੇ ਵਿੱਚ ਜਿਹੜੇ ਵਾਕਿਆ ਗੁਰਦੁਆਰਾ ਸਾਹਿਬ ਨੇ, ਔਰ ਲੋਕ ਆਪਸੀ ਅੱਜ ਦਿਨੇ ਉੱਥੇ ਗਿਆਨੀ ਜੀ ਬੜਾ ਪਿਆਰਾ ਇੱਕ ਪ੍ਰਚਾਰ ਕਰ ਰਹੇ ਸਨ ਕਿ ਆਪਸ ਦੇ ਵਿੱਚ ਜਿਹੜਾ ਪਿਆਰ ਮੁਹੱਬਤ ਬਹੁਤ ਜ਼ਿਆਦਾ ਹੈ ਲੋਕਾਂ ਦੇ ਅੰਦਰ, ਔਰ ਇੱਕ ਕਹਿ ਲਓ ਕਿ ਮੁਹੱਬਤ ਔਰ ਭਾਈਚਾਰਾ ਜਿਹੜਾ ਉਹ ਕਾਇਮ ਹੀ ਰਹੇ ਅਤੇ ਉਹ ਜ਼ਿਆਦਾ ਬਿਹਤਰ ਹੈ। ਠੀਕ ਹੈ ਜੀ, ਔਰ ਤੁਹਾਨੂੰ ਅਸੀਂ ਅੰਦਰ ਲੈ ਚੱਲਦੇ ਹਾਂ, ਉਹ ਜਾ ਕੇ ਦਿਖਾਉਂਦੇ ਹਾਂ ਗੁਰਦੁਆਰਾ ਸ੍ਰੀ ਪੰਜਵੀਂ ਛੇਵੀਂ ਪਾਤਸ਼ਾਹੀ। ਉਹ ਗਾੜੀ ਜ਼ਰਾ ਦੇਖ ਲਿਆ ਸਾਈਡ ਪਰ ਕਰਨਾ। ਗੁਰਦੁਆਰਾ ਸ੍ਰੀ ਪੰਜਵੀਂ ਛੇਵੀਂ ਪਾਤਸ਼ਾਹੀ ਅੰਦਰ ਆਉਣ ਤੋਂ ਬਾਅਦ ਸਭ ਤੋਂ ਪਹਿਲੇ ਜਿਹੜਾ ਉਹੀ ਹੈ, ਗਾਈਡਲਾਈਨ ਹੀ ਹੈ ਜੀ, ਪੰਜ ਕੱਕਿਆਂ ਦੀ ਜਿਹੜੀ ਹੈ ਪਹਿਚਾਣ, ਔਰ ਉਸ ਤੋਂ ਬਾਅਦ ਅੰਦਰ ਜਾਣ ਦੇ ਮੁਤਲਕ ਜਿਹੜਾ ਪੂਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਲਿਖੀ ਜਾਂਦੀ ਹੈ। ਠੀਕ ਹੈ ਜੀ, ਇਹ ਤੁਸੀਂ ਦੇਖ ਲਓ ਜੀ, ਇਹ ਇਤਿਹਾਸ ਜਿਹੜਾ ਇੱਥੇ ਮੈਨਸ਼ਨ ਹੈ, ਅਸਥਾਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਔਰ ਇਸ ਪਵਿੱਤਰ ਅਸਥਾਨ ਦੀ ਸੇਵਾ ਸਰਦਾਰ ਈਸ਼ਰ ਸਿੰਘ ਡਿਪਟੀ ਮੈਜਿਸਟਰੇਟ ਨੇ ਆਪਣੇ 1994 ਦੇ ਵਿੱਚ ਜਿਹੜਾ ਇਹ ਗੁਰਦੁਆਰਾ ਜਿਹੜਾ ਸੀ ਸਥਾਪਿਤ ਕੀਤਾ ਗਿਆ ਸੀ। ਔਰ ਨਾਲ ਹੀ ਬੋਰਡ ਹੈ ਜੀ ਗੁਰਦੁਆਰਾ ਸ੍ਰੀ ਛੇਵੀਂ ਪਾਤਸ਼ਾਹੀ ਦਾ ਜੀ, ਗੁਰਦੁਆਰਾ ਸ੍ਰੀ ਪੰਜਵੀਂ ਪਾਤਸ਼ਾਹੀ, ਠੀਕ ਹੋ ਹੈ ਇਸ ਜਗ੍ਹਾ 'ਤੇ ਆ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਸਨ ਉਹਨਾਂ ਦੇ ਪਾਵਨ ਪਵਿੱਤਰ ਚਰਨ ਇਸ ਜਗ੍ਹਾ ਦੇ ਉੱਤੇ ਧਰਤੀ ਨੂੰ ਛੂਹੇ ਆ ਕੇ ਔਰ ਇੱਥੇ ਆ ਕੇ ਉਹ ਬੈਠੇ। ਚੱਲਦੇ ਹਾਂ ਅੰਦਰ ਨਿਸ਼ਾਨ ਸਾਹਿਬ ਜੀ। ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ, ਠੀਕ ਹੋ, ਕਿੱਦਾਂ, ਵਧੀਆ ਸੇਵਾ ਨਿਭਾ ਰਹੇ ਹੋ? ਹਾਂਜੀ, ਐਜ਼ ਏ ਕਾਦੀ ਸਾਹਿਬ ਕੀ ਸੇਵਾ ਕਰ ਰਹੇ ਹੋ? ਇੱਥੇ ਸਫਾ ਸਾਫ ਸਫਾਈ ਕਰ ਰਹੇ। ਅੱਛਾ ਜੀ, ਭਾਅ ਜੀ ਕੋਲ ਸੇਵਾ ਹੈ ਇੱਥੇ ਦੀ ਜੀ, ਚਲੋ ਬਹੁਤ ਵਧੀਆ। ਇਹ ਵੀ ਗੁਰਦੁਆਰਾ ਸਾਹਿਬ ਜਿਹੜਾ ਪੰਜਵੀਂ ਪਾਤਸ਼ਾਹੀ ਦਾ ਜੇ ਓਰਿਜਿਨਲ ਆਪਣੀ ਹਾਲਤ ਵਿੱਚ ਰੱਖਿਆ, ਤੁਹਾਨੂੰ ਪਹਿਲੇ ਦਰਸ਼ਨ ਕਰ ਲਓ ਜੀ। ਗੁਰਦੁਆਰਾ ਸ੍ਰੀ ਛੇ ਪੰਜਵੀਂ ਪਾਤਸ਼ਾਹੀ ਨਨਕਾਣਾ ਸਾਹਿਬ, ਡਿਊਟੀ ਦੀ ਸੇਵਾ ਵੀ ਜਿਹੜੀ ਹੈ ਇਹ ਉਦੋਂ ਹੀ ਜਦੋਂ ਮਹੰਤਾਂ ਵਾਲਾ ਵਾਕਿਆ ਉਸ ਤੋਂ ਬਾਅਦ ਹੀ ਇਹ ਬਿਲਡਿੰਗ ਨੂੰ ਸਾਰਿਆ ਗਿਆ ਗੁਰੂ ਸਿੰਘ ਸਭਾ ਮੂਵਮੈਂਟ ਦੇ ਵਿੱਚ। ਇਸ ਜਗ੍ਹਾ ਦੇ ਉੱਤੇ ਹਾਲੇ ਗੁਰੂ ਮਹਾਰਾਜ ਦਾ ਪ੍ਰਕਾਸ਼ ਨਹੀਂ ਹੈ,
ਕਿਉਂਕਿ ਇੱਕ ਹੀ ਜਗ੍ਹਾ ਦੇ ਉੱਤੇ ਹਾਂਜੀ ਭਾਅ ਜੀ, ਉਹ ਜ਼ਰਾ ਤੁਸੀਂ ਥੋੜ੍ਹੀ ਨਹੀਂ ਦੱਸਣੀ ਹੈ ਸਾਰੀ ਗੱਲ ਨਾ। ਆ ਲਓ ਭਾਅ ਜੀ, ਜ਼ਰਾ ਫਤਿਹ ਗਜਾਓ ਔਰ ਨਾਲ ਦੀ ਨਾਲ ਸੰਗਤਾਂ ਨੂੰ ਦਰਸ਼ਨ ਕਰਾਓ। ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਰਸ਼ਨ ਕਰ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਪੰਜਵੀਂ ਅਤੇ ਛੇਵੀਂ। ਇੱਥੇ ਜਿਹੜਾ ਵਣ ਦਾ ਦਰਖਤ ਸੀਗਾ ਜਿੱਥੇ ਛੇਵੇਂ ਪਾਤਸ਼ਾਹ ਨੇ ਆਪਣਾ ਘੋੜਾ ਬੰਨਿਆ ਸੀਗਾ ਅਤੇ ਇੱਥੋਂ ਹੀ ਮੁੜ ਕੇ ਗਏ ਅੱਗੇ। ਕਰੋ ਜੀ ਦਰਸ਼ਨ ਭਾਈ ਸਾਹਿਬ ਆਪ ਜੀ ਅਤੇ ਹਸਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਪਾਵਨ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਮੇਰੀ ਪੀੜ੍ਹੀ ਦੇ ਮਾਲਕ ਦਲ ਪੰਜਨ ਗੁਰਸੂਰਮਾ ਵਰਡ ਯੋਧਾ ਬਹੁ ਪਰਉਪਕਾਰੀ ਜੀ ਦੇ ਦਾ ਪਾਵਨ ਸਥਾਨ ਹੈ। ਸਿੱਖ ਤਵਾਰੀਖ ਦੇ ਅਨੁਸਾਰ ਜਦੋਂ ਮੇਰੀ ਪੀੜ੍ਹੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਦੇ ਦੌਰੇ ਤੋਂ ਉੱਥੋਂ ਦੀਆਂ ਸੰਗਤਾਂ ਨੂੰ ਉਤਾਰਦੇ ਹੋਏ ਆਪ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਲਈ ਆਪ ਜੀ ਆਏ ਅਤੇ ਆਪ ਜੀ ਨੇ ਇਸ ਜਗ੍ਹਾ 'ਤੇ ਕਿਆਮ ਕੀਤਾ। ਇੱਥੇ ਇੱਕ ਰੁੱਖ ਦੇ ਨਾਲ ਆਪ ਨੇ ਆਪਣਾ ਘੋੜਾ ਬੰਨਿਆ ਅਤੇ ਪੜਾਉ ਕੀਤਾ। ਇਹ ਜੋ ਆਪ ਜੀ ਦਰਖਤ ਰੁੱਖ ਦਾ ਟਾਣਾ ਦੇਖਦੇ ਹੋ, ਇਹ ਉਸ ਰੁੱਖ ਦਾ ਟਾਣਾ ਹੈ ਜਿੱਥੇ ਮਹਾਰਾਜ ਜੀ ਨੇ ਘੋੜਾ ਬੱਧਿਆ ਸੀ। ਲੇਕਿਨ ਸੋਚਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੀਆਂ ਸੰਗਤਾਂ ਲਈ ਹੁਕਮਨਾਮੇ ਜਾਰੀ ਕੀਤੇ ਕਿ ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਸ਼ਸਤਰ ਸਜਾਵੋ, ਕਮਰ ਕਸਾ ਕਰ ਦਿਓ ਵਡਾਈ, ਹਮਰੀ ਖੁਸ਼ੀ ਹੋਈ ਅਧਗਾਈ। ਵੀ ਅੱਜ ਤੋਂ ਬਾਅਦ ਗੁਰੂ ਘਰ ਦੀ ਭੇਟਾ ਜਿਹੜੀ ਹੈ ਉਹ ਵਧੀਆ ਘੋੜੇ ਹੋਣਗੇ, ਵਧੀਆ ਜਵਾਨੀਆਂ ਹੋਣਗੀਆਂ, ਵਧੀਆ ਸ਼ਸਤਰ ਹੋਣਗੇ। ਅਤੇ ਮਹਾਰਾਜ ਜੀ ਨੇ ਜਿੱਥੇ ਦਰਬਾਰ ਸਾਹਿਬ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਅਤੇ ਸ਼ਾਮ ਨੂੰ ਢਾਡੀ ਵਾਰਾਂ ਜਿਹੜੀਆਂ ਨੇ ਉਹ ਗਵਾਉਣੀਆਂ ਸ਼ੁਰੂ ਕੀਤੀਆਂ। ਮਹਾਰਾਜ ਜੀ ਨੇ ਅਖਾੜੇ ਬਣਾਏ, ਸਿੰਘ ਘੋੜਸਵਾਰੀਆਂ ਕਰਦੇ, ਸ਼ਸਤਰ ਵਿੱਦਿਆ ਸਿੱਖਦੇ, ਕੁਸ਼ਤੀਆਂ ਕਰਦੇ। ਲੇਕਿਨ ਉਹ ਸਾਰੀਆਂ ਰਵਾਇਤਾਂ ਅੱਜ ਖਾਲਸੇ ਦੇ ਅੰਦਰੋਂ ਖਤਮ ਹੁੰਦੀਆਂ ਜਾ ਰਹੀਆਂ ਨੇ। ਖਾਲਸਾ ਇਹਨਾਂ ਪੰਕਤੀਆਂ ਨੂੰ ਤਾਂ ਰੋਜ਼ ਪੜ੍ਹਦਾ ਹੈ ਕਿ ਖਾਲਸਾ ਸੋ ਜੋ ਚੜ੍ਹੇ ਤਰੰਗ, ਖਾਲਸਾ ਸੋ ਜੋ ਕਰੇ ਨਿੱਤ ਜੰਗ। ਲੇਕਿਨ ਜਦੋਂ ਅੱਜ ਦੇ ਸਾਡੇ ਬੱਚੇ ਪੁੱਛਦੇ ਨੇ ਅਤੇ ਪਾਪਾ ਤਰੰਗ ਦਾ ਕੀ ਮਤਲਬ ਹੁੰਦਾ, ਦੱਸੀਦਾ ਵੀ ਘੋੜਾ, ਅਤੇ ਉਹ ਕਹਿੰਦੇ ਨੇ ਘੋੜੇ ਕਿੱਥੇ ਨੇ, ਅਤੇ ਨਾ ਅੱਜ ਘੋੜੇ ਲੱਭਦੇ ਨੇ ਮਹਾਰਾਜ ਜੀ ਦੇ, ਨਾ ਬਾਜ ਲੱਭਦੇ ਨੇ। ਰੁੱਖ ਵੀ ਅਸੀਂ ਉਹਨਾਂ ਦੇ ਸਿਰਫ ਟਾਹਣੀਆਂ, ਇਸ ਤਰ੍ਹਾਂ ਹੀ ਮੈਂ ਦੇਖਦਾ ਬਹੁਤ ਸਾਰੇ ਇਤਿਹਾਸਿਕ ਸਥਾਨਾਂ ਦੇ ਉੱਤੇ ਰੁੱਖ ਵੜ ਦਿੱਤੇ ਗਏ ਨੇ। ਉਹ ਇੱਕ ਰੁੱਖ 'ਤੇ ਸੋ ਸੁੱਖ ਵਾਲੀ ਗੱਲ ਜਿਹੜੀ ਆ ਉਹ ਖਤਮ ਕਰਕੇ, ਮਾਵਾਂ ਠੰਡੀਆਂ ਛਾਵਾਂ ਦੀ ਗੱਲ ਆਪਾਂ ਕਰਦੇ ਸਨ, ਇਹਨਾਂ ਰੁੱਖਾਂ ਤੋਂ ਸੁਨੇਹੇ ਮਿਲਦੇ ਸਨ, ਅਤੇ ਨਾ ਸਾਡੇ ਕੋਲ ਅੱਜ ਘੋੜੇ ਨੇ। ਕੁਛ ਨਿਹੰਗ ਸਿੰਘਾਂ ਦੇ ਦਲ ਨੇ, ਬਾਬਾ ਬਿਧੀ ਚੰਦ ਦਾ, ਬਾਬਾ ਬੁੱਢਾ ਦਲ ਦੇ ਜਾਂ ਤਰਨਾ ਦਲ ਦੇ ਕੁਛ ਸਿੰਘ ਪੁਰਾਣੀਆਂ ਰਵਾਇਤਾਂ ਅਨੁਸਾਰ ਅੱਜ ਵੀ ਬਾਣੇ ਬਾਣੀ ਦੇ ਧਾਰਨੀ ਹੋ ਕੇ ਉਹਨਾਂ ਰਵਾਇਤਾਂ ਦੇ ਅਨੁਸਾਰ ਚੱਲ ਰਹੇ ਨੇ। ਅਤੇ ਉਹਨਾਂ ਦੇ ਅੰਦਰ ਦ੍ਰਿੜ ਵਿਸ਼ਵਾਸ ਹੈ, ਜੋ ਗੁਰੂ ਸਾਹਿਬ ਕਹਿ ਗਿਆ ਕਿ ਮੈਂ ਇਨ ਗਰੀਬ ਸਿੱਖਨ ਕੋ ਦੂੰ ਪਾਤਸ਼ਾਹੀ ਇਹ ਯਾਦ ਰੱਖੇ ਹਮਰੀ ਗੁਰਿਆਈ, ਅਤੇ ਮੈਂ ਦੇਵਾਂਗਾ ਪਾਤਸ਼ਾਹੀ ਉਦੋਂ ਹੀ ਜਬ ਇਹ ਕਿਹਾ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ, ਜੋ ਤਬਲਾ ਖਾਲਸਾ ਨੇਹ ਨਿਆਰਾ ਤਬਲਾ ਤੇ ਦਿਉਂ ਮੈਂ ਸਾਰਾ। ਅਤੇ ਅੱਜ ਜ਼ਰੂਰਤ ਹੈ ਖਾਲਸਾ ਰਾਜ ਦੀ ਗੱਲ ਕਰਨ ਵਾਲਿਆਂ ਨੂੰ ਕਿ ਦੁਬਾਰਾ ਅਸੀਂ ਗੁਰੂ ਸਾਹਿਬ ਦੀਆਂ ਉਹਨਾਂ ਅਸੂਲਾਂ 'ਤੇ ਚੱਲੀਏ, ਉਹਨਾਂ ਉਸੇ ਤਰ੍ਹਾਂ ਹੀ ਘੋੜੇ ਰੱਖੇ ਜਾਣ ਗੁਰਦੁਆਰਾ ਸਾਹਿਬ ਦੇ ਵਿੱਚ। ਢਾਡੀ ਵਾਰਾਂ ਵੀ ਹੋਣੀਆਂ ਚਾਹੀਦੀਆਂ ਨੇ, ਉਸ ਤੋਂ ਬਾਅਦ ਬੱਚਿਆਂ ਦੇ ਲਈ ਵਧੀਆ ਜਨਮੇਜੀਅਮ ਬਣਨੇ ਚਾਹੀਦੇ ਨੇ, ਮਲ ਅਖਾੜੇ ਬਣਨੇ ਚਾਹੀਦੇ ਨੇ, ਤਾਂ ਕਿ ਜਿਹੜੇ ਨੇ ਮੇਰੀ ਪੀੜ੍ਹੀ ਦੇ ਸੰਧਾਰ ਨੂੰ ਜਿਹੜਾ ਸਿੱਖ ਕੌਮ ਦੇ ਜਿਹੜੀ ਨੌਜਵਾਨ ਪੀੜ੍ਹੀ ਸਾਂਭ ਸਕੇ। ਇਹੀ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਜਦੋਂ ਹੁਕਮ ਕੀਤਾ, ਗੁਰਤਾ ਗੱਦੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਮਿਲੀ,
ਤੇ ਮਹਾਰਾਜ ਜੀ ਨੇ ਇਹ ਨਹੀਂ ਕਿਹਾ ਵੀ ਬਈ ਹੁਣ ਘੋੜੇ ਨਹੀਂ ਰੱਖਣੇ, 2200 ਘੋੜਸਵਾਰ ਘੋੜੇ ਮਹਾਰਾਜ ਕੋਲ ਸਨ, ਜੰਗ ਨਾ ਕਰਨ ਦਾ ਹੁਕਮ ਹੋਇਆ ਲੇਕਿਨ ਘੋੜੇ ਰੱਖਣ ਦਾ ਹੁਕਮ ਸੀ। ਅਤੇ ਫਿਰ ਅੱਜ ਜਦੋਂ ਅਸੀਂ ਚਿੱਟਿਆਂ ਬਾਜਾਂ ਵਾਲੇ ਦੀ ਗੱਲ ਕਰਦੇ ਹਾਂ, ਨੀਲੇ ਦੇ ਸ਼ਾਹ ਸਵਾਰ ਸਰਬੰਸਦਾਨੀ ਦਸਮ ਪਾਤਸ਼ਾਹ ਦੀ ਗੱਲ ਕਰਦੇ ਹਾਂ, ਤਾਂ ਸਾਰੀਆਂ ਚੀਜ਼ਾਂ ਸਾਨੂੰ ਫਿਰ ਦੁਬਾਰਾ ਰਿਵਾਈਜ਼ ਕਰਾਈਆਂ ਜਾਂਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਮਾਫ਼ ਕਰਨਾ, ਬਹੁਤਾ ਤਾਂ ਨਹੀਂ ਮੈਂ ਹੋਰ ਗੱਲ ਡਿਟੇਲ 'ਚ ਕਰਨਾ ਚਾਹੁੰਦਾ, ਪਰ ਇਹ ਜਿਹੜਾ ਇੱਦਾਂ ਇਹ ਜਿਹੜਾ ਦਰਖਤ ਦਾ ਪੀਸ ਤਣੇ ਦਾ ਪਿਆ ਵਾ, ਇਹ ਕਾਫ਼ੀ ਚਿਰ ਤੋਂ ਇੱਦਾਂ, ਜਾਂ ਤੁਹਾਡੀ ਹੋਸ਼ ਦੇ ਵਿੱਚ ਇਹ ਇੱਥੇ ਵਣ ਦਾ ਦਰਖਤ ਸੀ? ਮੇਰੀ ਹੋਸ਼ 'ਚ ਵਣ ਦਾ ਦਰਖਤ ਨਹੀਂ, ਮੈਂ ਦੇਖਿਆ ਪਹਿਲਾਂ ਇਹ ਬਿਨਾਂ ਸ਼ੀਸ਼ੇ ਤੋਂ ਫਰੇਮ ਤੋਂ ਇਸ ਤਰ੍ਹਾਂ ਉੱਤੇ ਰੱਖਿਆ ਹੁੰਦਾ ਸੀ, ਫਿਰ ਸੰਗਤਾਂ ਜਦੋਂ ਬਾਹਰੋਂ ਆਉਣਾ ਸ਼ੁਰੂ ਹੋਈਆਂ ਅਤੇ ਕਿਸੇ ਪ੍ਰੇਮੀ ਨੇ ਇਸ ਤਰ੍ਹਾਂ ਇਹ ਬਣਾਇਆ ਅਤੇ ਫਿਰ ਇਹ ਜਿਹੜਾ ਠੀਕ ਹੈ ਜੀ। ਗੁਰੂ ਸਾਹਿਬ ਕਿਰਪਾ ਕਰਨ, ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਤੁਸੀਂ ਦੇਖ ਰਹੇ ਸੀ ਗੁਰਦੁਆਰਾ ਪੰਜਵੀਂ ਛੇਵੀਂ ਪਾਤਸ਼ਾਹੀ, ਔਰ ਨਾਲ ਹੀ ਨਾਲ ਪੰਜਵੇਂ ਛੇਵੇਂ ਪਾਤਸ਼ਾਹ ਦਾ ਇਤਿਹਾਸ ਜਿਹੜਾ ਉਹ ਵੀ ਦੱਸਿਆ ਭਾਈ ਜੀ ਨੇ। ਭਾਈ ਜਨਮ ਸਿੰਘ ਪ੍ਰਚਾਰਕ ਨੇ ਇੱਥੇ ਨਨਕਾਣਾ ਸਾਹਿਬ ਦੇ ਅੰਦਰ ਬਹੁਤ ਪਿਆਰਾ ਪ੍ਰਚਾਰ ਕਰਦੇ ਨੇ, ਇਸ ਲਈ ਇਹਨਾਂ ਦੇ ਹੁੰਦਿਆਂ ਹੋਇਆਂ ਮੈਂ ਜ਼ਰੂਰਤ ਨਹੀਂ ਕਰਦਾ ਕਿ ਕੋਈ ਵੀ ਇਤਿਹਾਸ ਜਿਹੜਾ ਮੈਂ ਤੁਹਾਨੂੰ ਸੁਣਾਵਾਂ। ਸੋ ਇਹਨਾਂ ਕੋਲੋਂ ਬੇਨਤੀ ਕੀਤੀ ਹੋਈ ਹੈ ਕਿ ਤਾਂ ਕਿ ਬਹੁਤ ਅੱਛੇ ਤਰੀਕੇ ਨਾਲ ਸੰਗਤਾਂ ਜਿਹੜੀਆਂ ਨੇ ਇਹ ਇਸ ਜਗ੍ਹਾ ਦੇ ਜਿਹੜੇ ਕਹਿ ਲਓ ਤੁਸੀਂ ਗੁਰੂ ਸਥਾਨ ਨੇ ਉਹਨਾਂ ਦੀ ਜਿਹੜੀ ਤਵਾਰੀਖ ਹੈ ਉਹਨਾਂ ਤੋਂ ਨਿਹਾਲ ਹੋਣ ਤਾਂ ਹੀ ਮੈਂ ਭਾਈ ਜਨਮ ਸਿੰਘ ਜਿਹੜੇ ਨੇ ਕੱਲ੍ਹ ਤੋਂ ਸਾਡਾ ਸਾਥ ਜਿਹੜਾ ਉਹ ਦੇ ਰਹੇ ਨੇ। ਭਾਅ ਜੀ ਬਹੁਤ ਸ਼ੁਕਰੀਆ ਜੀ, ਵਾਹਿਗੁਰੂ ਜੀ ਕਾ ਖਾਲਸਾ।